ड्यूटी निभांदे है, रोज रोज नवे नवे काम करदे है, रोज रोज सब्जी कटदे है, बनांदे ने, तोरी कट रहे ने, और गंडे भी कटने हैं, प्याज जीनू कहते हैं दिल्ली वाले, अरे बहुत कम पे दूध भी लेके आना है। हां जी आए आए भी करना आता ड्यूटी आई हुई है मजबूरी दे विच की करे बंदा है ना, साथ तो देना ही पैंदा, देना पैंदा, मुड़ के खाणगे ही हैं, खाणते ही हैं। हां ओथे भी काम नालो नाल नहीं शुरू होना, बड़ा टाइम लगना है। वो तो मैं पता है, सारी उम्र रोटियां खाणते ही हैं। ये गल मेरा कहने का भाव है भी सारी उम्र बाद च रोटियां खाणते ही हैं, जे अज हेल्प करा देंगे कोई चक्कर नहीं। बड़िया जिम्मेवारियां होंदियां नाल नाल रोटी खाने दे नाल ना, बहुत जिम्मेवारियां होंदियां। रमन का फैन आ गया चीजी लैन, चीजी लैनी है ताई तो जाओ लैके आओ चीजी, कह ताई जी चीजी दे दो मैनू। मार भतीजा गा वो तुसी वीर मेहंदी डिजाइन वाले पूछा सी ना, वो साडी भतीजी, उन्हें भी बहुत हैल्प की बेचारी ने, हुण तक कर रही है हैल्प वो, तो जो कोई सातों गलती हो जाती है वह सानू दसदी है। तो उन्हों का नाम हैगा वीरपाल, वीर मेहंदी डिजाइन तुहानू पता ही है उन्हों का चैनल है, तो वो कुड़ी बहुत हैल्प करती है, प्रौहना बहुत हैल्प कर रहा है प्रौहना, ठीक है जी। तो मेरी भतीजी है वो, जाने के भूआ की पोती है नाल दे पिंड तो ही, पर हुण वह जाने के बरनाले सॉरी बठिंडे व्याही भी है आ गए। रावण प्याज चाह के वेले नहीं बहन देंदे मैनू, प्याज लैके आ गई आ देख लो, ये वेले वो फैन भी मगरी तुरै आता ताई का भतीजा। की लेना होए पानी ज्यादा नहीं पाता, नहीं बहुत है ठीक है, प्याज धोने भी है। चलो उधर देख छीतू हाथ ले जाना भैन ओदी। रमन आटा गुन रहे हैं, तो मैं बना रहा गा तोरी, क्यों ये तोरी बन रही है साड़ी, ढक्कन कित्थे दा गर्मी फिर हो गई, रोज मीह पई जावे बस, कई जगह ते पता तूफान आ गए ना। हां चल महाराज सारिआं ते चढ़दी कला दा मेहर भरे हथ रखे, किसी नूं कुछ ना होवे, किसी दा वाल विंगा ना होवे, कईआं दे घरां च पानी आ गया, ओह इक ते आया पता नहीं हुण की दा नाम, मनवीर उहनां दा नाम सी, फोन आया सी उहनां दा, उहनां दे घर पानी आ गया, स्टेटस लाया सी। अच्छा अच्छा चलो महाराज चढ़दी कला रखे सारिआं ते,
ਕਿਸੇ ਦਾ ਵੀ ਵਾਲ ਵਿੰਗਾ ਨਾ ਹੋਵੇ ਹਰੇਕ ਨੂੰ ਤੰਦਰੁਸਤੀ ਬਖਸ਼ੇ ਤੰਦਰੁਸਤੀ ਦੇ ਨਾਲ ਹੀ ਸਭ ਕੁਛ ਦੇਖੋ ਮਹਾਰਾਜ ਹੌਲੀ ਹੌਲੀ ਆ ਕਦੇ ਆਪਣਾ ਵੀ ਮਕਾਨ ਚੁਣਦਾ ਸੀ ਹੈ ਨਾ ਅਤੇ ਮਹਾਰਾਜ ਹੌਲੀ ਹੌਲੀ ਸਭ ਦਾ ਹੀਲਾ ਕਰਦਾ ਗਾ ਚਲੋ ਜਿਹੜੇ ਵਿਚਾਰੇ ਝੁੱਗੀਆਂ ਚ ਦਿਨ ਕੱਢਦੇ ਹੈ ਨਾ ਉਹਨਾਂ ਦੇ ਵੀ ਲੰਘਦੇ ਆ ਅਤੇ ਉਹਨਾਂ ਨੂੰ ਮਹਾਰਾਜ ਉਹੋ ਜਿਹਾ ਬਣਾ ਕੇ ਰੱਖਿਆ ਉਹਨਾਂ ਨੂੰ ਢਾਲਿਆ ਉਹਨਾਂ ਨੇ ਆਪਣਾ ਆਪਣਾ ਰਮਨਿਆ ਜਾਟਾ ਗੁੰਨਿਆ ਅਤੇ ਪਤਲਾ ਗੁਣ ਤਾਂ ਹੁਣ ਕਰੀ ਜਾਂਦੀ ਹੈ ਓਹੋ ਮੈਂ ਕਿਉਂਕਿ ਕਾਫੀ ਟਾਈਮ ਬਾਅਦ ਗੁੰਨਿਆ ਨਾ ਅਤੇ ਤਾਂ ਕਰਕੇ ਰਮਨ ਆਪ ਹੀ ਦੱਸਣਗੇ ਕਹਿੰਦੇ ਬੋਲਦੇ ਬਾਹਲੇ ਸੋਹਣੇ ਲੱਗਦੇ ਰਮਨ ਰੋਟੀ ਨਹੀਂ ਬਣ ਰਹੀ ਕਿਉਂ ਢਿੱਲਾ ਹੋ ਗਿਆ ਆਟਾ ਫਟਾ ਢਿੱਲਾ ਹੋ ਗਿਆ ਤਾਂ ਨਹੀਂ ਰੋਟੀ ਬਣ ਰਹੀ ਉਹ ਨਾ ਪਲਟੀ ਜਾਂਦੀ ਦੁਬਾਰਾ ਅੱਛਾ ਤੇ ਉਹ ਖਰਾਬ ਹੋ ਜਾਂਦੀ ਦੋ ਤਿੰਨ ਵਾਰੀ ਹੋ ਗਿਆ ਅੱਛਾ ਅਸੀਂ ਲੇਟ ਹੋ ਗਏ ਅੱਜ ਸਬਜ਼ੀ ਬਣਾਉਣ ਲਾ ਕੇ ਲੇਟ ਹੋ ਗਿਆ ਲਾਈਟ ਹੈ ਨਹੀਂ ਸੀ ਨਾ ਅੱਜ ਸਾਰੀ ਦਿਹਾੜੀ ਲਾਈਟ ਨਹੀਂ ਆਈ ਅਤੇ ਪਾਣੀ ਪੂਣੀ ਵੀ ਭਰਨ ਵਾਲੇ ਵੈਸੇ ਤਾਂ ਸੀਗਾ ਪਾਣੀ ਖਤਮ ਨਹੀਂ ਹੋਇਆ ਜਮਾਂ ਟੈਂਕੀ ਸੀਗਾ ਪਾਣੀ ਤਾਂ ਇੱਦਾਂ ਦੀ ਗੱਲ ਨਹੀਂ ਆਪਾਂ ਚਲੇ ਗਏ ਤਾਂ ਕਰਕੇ ਨਹੀਂ ਪਾਣੀ ਖਤਮ ਹੋਇਆ ਕਈ ਭੈਣਾਂ ਨੇ ਫੋਨ ਲਾ ਕੇ ਵੀ ਪੁੱਛਿਆ ਕਿ ਰਮਨ ਦੀਦੀ ਕਿੱਦਾਂ ਰਮਨ ਦੀਦੀ ਤੁਹਾਡੇ ਸਾਹਮਣੇ ਆ ਆ ਦੇਖੋ ਤੁਹਾਡੀ ਦੀਦੀ ਤੁਹਾਡੀ ਭਾਬੀ ਹੁਣ ਓਕੇ ਆ ਠੀਕ ਆ ਓਕੇ ਆ ਠੀਕ ਆ ਕੋਈ ਗੱਲ ਨਹੀਂ ਇਹੋ ਜੀ ਮਹਾਰਾਜ ਦਾ ਸਿਰ ਤੇ ਹੱਥ ਆ ਸਾਡੇ ਤੁਹਾਡੇ ਵੀ ਏਦਾਂ ਹੀ ਬਣਾਈ ਰੱਖੇ ਸਾਰਿਆਂ ਤੇ ਮਹਾਰਾਜ ਦੋ ਦਿਨ ਪਹਿਲੇ ਖਰਾਬ ਹੋ ਗਈ ਸੀ ਤਬੀਅਤ ਫਿਰ ਮੋਗੇ ਤੋਂ ਦਵਾਈ ਲਿਆਂਦੀ ਉੱਥੇ ਹੀ ਮੋਗੇ ਗਏ ਸੀ ਉੱਥੇ ਹੀ ਤਬੀਅਤ ਖਰਾਬ ਹੋ ਗਈ ਸੀ ਬੀਪੀ ਲੋ ਫਿਰ ਆਉਂਦੇ ਹੋਏ ਦਵਾਈ ਲੈ ਕੇ ਆਉਂਦੇ ਹੋਏ ਦਵਾਈ ਲਿਆਈ ਮਿੱਤਲ ਦੇ ਗਈ ਸੀ ਮੈਂ ਅਤੇ ਕਿਉਂਕਿ ਥੋੜ੍ਹੇ ਦਿਨ ਪਹਿਲੇ ਵੀ ਮੈਂ ਉੱਥੇ ਗਈ ਸੀ ਅਲਟਰਾਸਾਊਂਡ ਕਰਾਉਣ ਅਤੇ ਅੱਜ ਫਿਰ ਉੱਦਣ ਪਰਸੋਂ ਫਿਰ ਗਏ ਸੀ ਪਰਸੋਂ ਹੀ ਗਏ ਸੀ ਨਾ ਸੱਤ ਨੂੰ ਹੈ ਨਾ ਨਹੀਂ ਸੱਤ ਨੂੰ ਗਏ ਸੀ ਦੋ ਤਿੰਨ ਦਿਨ ਸੱਤ ਤਰੀਕ ਨੂੰ ਗਏ ਸੀਗੇ ਦੋ ਤਿੰਨ ਦਿਨ ਹੋ ਗਏ ਰੋਟੀਆਂ ਛੋਟੀਆਂ ਲਾਇਆ ਕਰ ਤੇ ਵੈਸੇ ਠੀਕ ਐਸਾ ਕੋਈ ਬੜਾ ਵੱਡਾ ਨੀ ਜੇ ਮੰਨ ਕੇ ਚਲੋ ਰਮਨ ਛੋਟੀਆਂ ਲਾਉਣ ਲੱਗ ਗਈ ਤਾਂ ਥੱਕ ਜਾ ਗੁਰੂ ਲਾਉਂਦੀ ਰਹੂਗੀ ਰੋਟੀ ਪਤਲੀ ਹੁੰਦੀ ਨਾ ਮੈਂ ਮੋਟੀ ਰੋਟੀ ਖਾਂਦਾ ਨਹੀਂ ਗਈ ਭਾਰੀ ਰੋਟੀ ਖਾਂਦੇ ਮੈਂ ਖਾਂਦਾ ਨਹੀਂ ਗਾ ਬਿਲਕੁਲ ਵੀ ਜੇ ਮੈਂ ਵੈਸੇ ਰਮਨ ਦੀ ਰੋਟੀ ਇੱਕੋ ਜਿਹੀ ਹੁੰਦੀ ਸਾਰੀ ਚਾਰੇ ਪਾਸਿਓਂ ਅਤੇ ਜੇ ਇੱਕ ਪਾਸੋਂ ਕਈ ਵਾਰ ਕਹੀਆਂ ਨੇ ਨਾ ਕੰਨੀਆਂ ਮੋਟੀਆਂ ਹੁੰਦੀਆਂ ਵਿਚਾਲਿਆਂ ਪਤਲੀ ਹੁੰਦੀ ਆ ਉਹ ਵੀ ਮੈਂ ਕੰਨੀਆਂ ਲਾ ਕੇ ਰੱਖ ਦਿੰਦਾ ਨਾ ਮੈਂ ਖਾਂਦਾ ਨਹੀਂ ਹੁੰਦਾ ਗਾ ਮੋਟੀ ਰੋਟੀ ਮੋਟੀ ਰੋਟੀ ਉਹ ਕਿਸੇ ਨੂੰ ਕਹਿ ਚੁੱਕੇ ਹੁੰਦੀ ਸਾਰਾ ਵਜਨ ਆਪ ਹੀ ਉੱਪਰ ਪਾ ਦਿੰਦੀ ਹੈ ਰੋਟੀ ਮੈਨੂੰ ਹਾਸਾ ਬੜਾ ਆਇਆ ਸੀ ਜਦੋਂ ਮੈਂ ਸੁਣੀ ਸੀ ਕੀ ਕਹਿੰਦੇ ਸੀ ਭਾਜੀ ਕਹਿੰਦੇ ਸਾਰਾ ਵਜਨ ਆਪਣਾ ਉੱਤੇ ਹੀ ਪਾ ਦਿੰਦੀ ਰੋਟੀ ਕਿਸੇ ਨੂੰ ਕਿਹਾ ਸੀ ਭਾਜੀ ਨਹੀਂ ਲਾਉਣੀ ਆਉਂਦੀ ਚਲ ਕੋਈ ਗੱਲ ਨਹੀਂ ਰੋਟੀ ਉਹ ਪਤਲੀ ਡੱਡੀ ਐਵੇਂ ਮੋਟੀ ਹੁੰਦੀ ਸਾਰੇ ਬੋਲਦੇ ਸੀ ਚਲੋ ਜੀ ਅੱਜ ਨਾ ਲਾਈਟ ਹੈ ਨਹੀਂ ਸੀ ਤਾਂ ਕਰਕੇ ਨਾ ਵਲੌਗ ਅਤੇ ਕੱਲ੍ਹ ਨੂੰ ਆਪਾਂ ਬਣਾਵਾਂਗੇ ਵਧੀਆ ਵਲੌਗ ਚੰਗੀ ਤਰ੍ਹਾਂ ਅਤੇ ਚਲੋ ਵੈਸੇ ਤੁਸੀਂ ਸਾਨੂੰ ਪਿਆਰ ਕਰਦੇ ਤੁਹਾਨੂੰ ਤਾਂ ਵਧੀਆ ਲੱਗਦਾ ਗਾ ਜਦੋਂ ਰਮਨ ਵਿੱਚ ਆ ਜਾਂਦੇ ਆ ਨਾ ਰਮਨ ਤੁਹਾਨੂੰ ਕਿਊਟ ਕਿਊਟ ਕੀ ਕਹਿੰਦੇ ਹੁੰਦੇ ਆ ਬੇਬੀ ਡੋਲ ਇਹ ਸਾਡੀ ਬੇਬੀ ਡੋਲ ਆ ਹੈ ਨਾ ਚਲੋ ਫਿਰ ਸਤਿ ਸ਼੍ਰੀ ਅਕਾਲ ਕਹਿ ਦਿਓ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਅਸੀਂ ਫਿਰ ਮਿਲਾਂਗੇ ਤੁਹਾਨੂੰ ਨਵੇਂ ਵਲੌਗ ਦੇ ਨਾਲ ਐਂਡਿੰਗ ਸਾਡੀ ਜਦੋਂ ਆਪਾਂ ਵੀਡੀਓ ਪਾਉਂਦੇ ਹਾਂ ਜਾਂ ਉਸ ਤੋਂ ਪਹਿਲੇ ਫ੍ਰੀ ਹੋ ਕੇ ਆਪਾਂ ਰੋਟੀ ਰੁਟੀ ਖਾ ਕੇ ਫਿਰ ਪਾਉਂਦੇ ਹਾਂ ਸਾਡਾ ਐਂਡ ਵੀਡੀਓ ਦਾ ਹਮੇਸ਼ਾ ਜਿਵੇਂ ਰਾਤ ਦੇ ਟਾਈਮ ਰੋਟੀ ਖਾ ਕੇ ਹੁੰਦਾ ਹੈ ਨਾ ਐਵੇਂ ਤੁਹਾਡੇ ਨਾਲ ਸਾਰੇ ਦਿਨ ਉਦੀਆਂ ਗੱਲਾਂ ਬਾਤਾਂ ਕਰਕੇ ਅਤੇ
ਅਸੀਂ ਗੱਲਬਾਤ ਕਰਦੇ ਹਾਂ ਤੁਹਾਡੇ ਨਾਲ ਅਤੇ ਆਪਣਾ ਅਤੇ ਤੁਹਾਨੂੰ ਵੀ ਸਤਿ ਸ਼੍ਰੀ ਅਕਾਲ ਕਹਿੰਦੇ ਹਾਂ ਆਪਾਂ ਕਿ ਤੁਸੀਂ ਵੀ ਰਾਤ ਸੋਹਣੀਆਂ ਰਾਤਾਂ ਸੋਵੋ ਹੈ ਨਾ। ਪਰਮਾਤਮਾ ਦਾ ਸ਼ੁਕਰ ਹੈ ਜਿਹੜੀ ਆਪਾਂ ਸਭ ਸਾਡੀ ਰਾਤ ਬੀਤਦੀ ਹੈ ਨਾ ਅਤੇ ਸੋਹਣਾ ਦਿਨ ਸੋਹਣਾ ਦਿਨ ਦਿਖਾਉਂਦੇ ਨੇ ਸੋਹਣੀ ਰਾਤ ਬੀਤਦੀ ਹੈ। ਪਰਮਾਤਮਾ ਦਾ ਸ਼ੁਕਰ ਹੈ ਕਿ ਪਰਮਾਤਮਾ ਨੇ ਸਾਨੂੰ ਇੰਨੀ ਦਾਤ ਬਖਸ਼ੀ ਹੋਈ ਹੈ ਤੰਦਰੁਸਤੀ ਵਾਸਤੇ। ਪਰਮਾਤਮਾ ਸਭ ਕੁਛ ਨਾਲ ਹੀ ਆ। ਚਲੋ ਠੀਕ ਆ ਜੀ, ਰੱਬ ਰਾਖਾ, ਗੁੱਡ ਨਾਈਟ। ਜਿਨ੍ਹਾਂ ਭੈਣਾਂ ਨੇ ਸਭਾ ਵੇਖੀ ਉਹਨਾਂ ਨੂੰ ਗੁੱਡ ਮੋਰਨਿੰਗ ਤੁਹਾਡੇ ਭਰਾ ਵੱਲੋਂ ਅਤੇ ਤੁਹਾਡੀ ਭਾਬੀ ਬੀ ਵੱਲੋਂ। ਸਾਨੂੰ ਪਿਆਰ ਦੇਣ ਲਈ ਥੈਂਕ ਯੂ, ਬਹੁਤ ਬਹੁਤ ਧੰਨਵਾਦ।